ਚੋਰਾਂ ਨੇ ਹੁਣ ਚੋਰੀ ਕਰਨ ਦਾ ਨਵਾਂ ਤਰੀਕਾ ਅਪਣਾ ਲਿਆ ਜੋ ਆਪਣੇ ਨਾਲ ਨਸ਼ੀਲੀਆਂ ਸਪਰੇਹਾਂ ਚੁੱਕੀ ਫਿਰਦੇ ਨੇ ਜੋ ਸੁੱਤੇ ਪਏ ਪਰਿਵਾਰ ਤੇ ਛਿੜਕ ਦਿੰਦੇ ਨੇ ਜਿਸ ਕਾਰਨ ਪਰਿਵਾਰ ਨੂੰ ਕੋਈ ਹੋਸ਼ ਹੀ ਨਹੀਂ ਰਹਿੰਦਾ ਅਤੇ ਇਹ ਚੋਰ ਆਪਣੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਹੁਣ ਚੋਰਾਂ ਨੇ ਇੱਕੋ ਰਾਤ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਘਰਾਂ ਦੇ ਵਿੱਚ ਰੱਖਿਆ 50 ਲੱਖ ਦਾ ਸੋਨਾ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਇਹ ਇਲਾਕੇ ਦੇ ਵਿੱਚ ਚੌਥੀ ਵੱਡੀ ਘਟਨਾ ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਪੁਲਿਸ ਚੋਰਾਂ ਦੇ ਗਰੋਹ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੈ ਇਹ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਨੰਗਲ ਬਿਹਾਲਾ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਰਾਤ ਵੇਲੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੋ ਘਰਾਂ ਦੇ ਵਿੱਚੋਂ ਕਰੀਬ 50 ਲੱਖ ਦਾ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਹਾਲਾਂਕਿ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਚੋਰ ਦੀ ਵੀਡੀਓ ਵੀ ਰਿਕਾਰਡ ਹੋਈ ਹੈ ਜਿਸਦੇ ਵਿੱਚ ਉਹ ਦੀਵਾਰ ਟੱਪਦਾ ਦਿਖਾਈ ਦਿੰਦਾ ਹੈ ਅਤੇ ਵਿਹੜੇ ਦੇ ਵਿੱਚ ਸੋ ਰਹੀ ਬਜ਼ੁਰਗ ਦੇ ਮੂੰਹ ਤੇ ਕਿਸੇ ਨਸ਼ੀਲੀ ਦਵਾਈ ਦੀ ਸਪਰੇ ਕਰਦਾ ਹੋਇਆ ਦਿਖਾਈ ਦਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ 4 ਦਿਨਾਂ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਚੋਰਾਂ ਦੁਆਰਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੁਲਿਸ ਅਜੇ ਤੱਕ ਇਸ ਗਿਰੋਹ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੈ ਜਾਣਕਾਰੀ ਦਿੰਦੇ ਹੋਏ ਚੋਰਾਂ ਦਾ ਸ਼ਿਕਾਰ ਹੋਈ ਮਹਿਲਾ ਸ਼ਮੀ ਕੁਮਾਰੀ ਨੇ ਦੱਸਿਆ ਹੈ ਕਿ ਚੋਰ ਉਸਦੇ ਘਰ ਦੇ ਵਿੱਚ ਪਿਛਲੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਦੇ ਵਿੱਚ ਰੱਖਿਆ 25 ਤੋਲੇ ਸੋਨਾ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸ਼ਮੀ ਕੁਮਾਰੀ ਦਾ ਕਹਿਣਾ ਹੈ ਕਿ ਉਸਦੀ ਬੇਟੀ ਦਾ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸਾਰਾ ਸੋਨਾ ਜੋ ਉਸਨੇ ਆਪਣੀ ਕੁੜੀ ਨੂੰ ਚੜਾਇਆ ਸੀ ਉਹ ਉਸ ਕੋਲ ਹੀ ਪਿਆ ਸੀ ਜੋ ਚੋਰ ਚੁੱਕ ਕੇ ਫਰਾਰ ਹੋ ਗਏ ਉੱਥੇ ਦੂਜੇ ਘਰ ਦੇ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਵਿੱਚ ਵੀ ਚੋਰ ਖਿੜਕੀ ਤੋੜ ਕੇ ਦਾਖਲ ਹੋਏ ਅਤੇ ਉਹ ਆਪਣੇ ਪਰਿਵਾਰ ਨਾਲ ਦੂਜੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਮੇਨ ਗੇਟ ਖੁੱਲ੍ਹਾ ਸੀ ਅਤੇ ਜਦੋਂ ਉਹ ਸਟੋਰ ਰੂਮ ਦੇ ਵਿੱਚ ਗਿਆ ਤਾਂ ਉਸਦੇ ਹੋਸ਼ ਹੀ ਉੱਡ ਗਏ ਸਾਰਾ ਸਮਾਨ ਬਿਖਰਿਆ ਪਿਆ ਸੀ ਅਲਮਾਰੀ ਵੀ ਖੁੱਲ੍ਹੀ ਸੀ ਚੋਰ ਉਸਦੇ ਘਰ ਤੋਂ 15 ਤੋਲੇ ਸੋਨਾ ਤੇ ਚਾਂਦੀ ਦੇ ਗਹਿਣੇ ਤੇ ਹੋਰ 35,000 ਦੀ ਨਕਦੀ ਚੁਰਾ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟੀ ਹੋਈ ਹੈ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਦਾ ਗਿਰੋਹ ਫੜ ਲਿਆ ਜਾਵੇਗਾ ਅਸੀਂ ਸੋ ਗਏ ਹੈ ਨਾ ਕੋਈ 10 ਵਜੇ ਫਿਰ ਪਤਾ ਹੀ ਨਹੀਂ ਚੱਲਿਆ ਕੁਸਲਾ ਆਏ ਹੋ ਬਾਹਰ ਖਿੜਕੀ ਪੁੱਟ ਕੇ ਗ੍ਰਿਲ ਪੁੱਟੀ ਬਾਹਰ ਹਾਂਜੀ ਤੇ ਕਿੰਨਾ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆ ਹੋਣਾ ਕੋਈ 30 ਲੱਖ ਰੁਪਏ ਦਾ ਸੋਨੇ ਗਹਿਣੇ ਹਾਂਜੀ ਨਕਦੀ ਵੀ ਸੀ ਹਾਂਜੀ 1 ਲੱਖ ਰੁਪਏ ਥਾ ਔਰ ਕਿੰਨੇ ਕੁ ਲਗਭਗ ਗਹਿਣੇ ਸੀ ਕਿੰਨੇ ਤੋਲੇ ਕੋਈ 25 ਤੋਲਾ ਸੋਨਾ ਹੋਣਾ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਅੱਛਾ ਬੇਟੀ ਜਵੈਲਰੀ ਵੀ ਇੱਥੇ ਪਈ ਹਾਂਜੀ ਬੇਟੀ ਦੀ ਵੀ ਮੇਰੀ ਜਵੈਲਰੀ ਸਾਰੇ ਲੈ ਗਏ ਹਾਂਜੀ ਸਾਰੇ ਲੈ ਗਏ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਇਹੀ ਕਰਦੇ ਹਾਂ ਅਸੀਂ ਮੰਗ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣ ਉਹਨਾਂ ਨੂੰ ਚੋਰੀਆਂ ਵੱਧਦੀਆਂ ਪਈਆਂ ਨੇ ਸਾਰਿਆਂ ਘਰਾਂ ਲਾਗੇ ਵੀ ਕਿਉਂ ਹੋਈ ਹੈ ਚੋਰੀ ਦੋ ਘਰਾਂ 'ਚ ਕਰਕੇ ਗਏ ਨੂੰ ਚੋਰੀ ਅਤੇ ਉਹ ਇਹੀ ਕਰਦੇ ਪਏ ਹਾਂ ਅਸੀਂ ਮੰਗ ਕੇ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਕਰਨ ਸਰ ਮੇਰਾ ਨਾਮ ਸੁਖਬੀਰ ਸਿੰਘ ਹੈ ਜੀ ਸੁਖਬੀਰ ਸਿੰਘ ਜੀ ਕੀ ਰਿਹਾ ਚੋਰੀ ਦੀ ਵਾਰਦਾਤ ਹੋਈ ਹੈ ਪੂਰੀ ਦੱਸੋ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30-11 ਵਜੇ ਆਪਾਂ ਸੁੱਤੇ ਹਾਂ ਜੀ ਅਤੇ ਸਾਰੇ ਅਸੀਂ ਦਰਵਾਜ਼ੇ ਦਰੂਜੇ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੋਕ ਲਗਾ ਕੇ ਪਿੱਛੇ ਵਾਲਾ ਗੇਟ ਵਧੀਆ ਤਰੀਕੇ ਨਾਲ ਚੈੱਕ ਕਰਕੇ ਅਤੇ ਸੁੱਤੇ ਹਾਂ ਜੀ ਅਸੀਂ ਕੌਣ ਕੌਣ ਹੈ ਘਰ ਵਿੱਚ ਜੀ ਮੇਰੀ ਵਾਈਫ ਹੈ ਅਤੇ 2 ਬੇਟੇ ਹੈ ਅਤੇ ਮੈਂ ਜੀ ਮਾਤਾ ਜੀ ਹੈਗੇ ਉਹ ਗਏ ਸਿਸਟਰ ਕੋਲ ਜੀ ਅਤੇ ਰਾਤ ਸੁੱਤੇ ਹਾਂ ਜੀ ਸਵੇਰੇ ਕੋਈ ਤਕਰੀਬਨ ਉੱਠੇ ਹਾਂ ਤਕਰੀਬਨ 5 ਵਜੇ
ਉੱਠੇ ਹਾਂ ਅਤੇ ਉਹ ਦੇਖਿਆ ਦਰਵਾਜ਼ਾ ਖੁੱਲ੍ਹਾ ਪਿਆ ਸੀਗਾ ਇੱਕ ਸਾਈਡ ਦਾ। ਜਦੋਂ ਚੰਗੀ ਤਰ੍ਹਾਂ ਤਫਤੀਸ਼ ਨਾਲ ਦੇਖਿਆ ਤਾਂ ਉਹ ਜਾਲੀ ਸਾਡੀ ਵੱਢ ਕੇ ਅਤੇ ਚੋਰ ਪੂਜਾ ਰੂਮ ਤੋਂ ਹੋ ਕੇ ਬੈੱਡਰੂਮ 'ਚ ਸਟੋਰ 'ਚ ਗਏ ਆ ਜੀ। ਅਤੇ ਸਾਡਾ ਮਤਲਬ ਗੋਲਡ ਸੀਗਾ ਪਿਆ ਜੀ, ਕੋਈ 14 ਤੋਂ 15-16 ਤੋਲੇ ਲਗਭਗ ਜੀ ਹੋਏਗਾ ਜੀ। ਕੋਈ 200 ਗ੍ਰਾਮ ਚਾਂਦੀ ਹੋਊਗੀ ਜੀ। ਕੋਈ ਕੈਸ਼ ਸੀਗਾ ਕੋਈ 35,000 ਜਾਂ 40,000 ਦੇ ਕਰੀਬ ਜੀ, ਉਹ ਸਾਰਾ ਲੈ ਗਏ ਆ ਜੀ। ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ, ਉਹ ਆ ਗਈ ਆਪਣੀ ਉਹਨਾਂ ਨੇ। ਹਾਂਜੀ ਸਰ, ਹਾਂਜੀ ਜੀ, ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ, ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ। ਹਾਂਜੀ ਹਾਂਜੀ, ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ। ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀਗੀ ਜੀ, ਹੁਣ ਕੋਈ ਥੋੜ੍ਹਾ ਚਿਰ ਹੀ ਹੋਇਆ ਸੀ, ਕੋਈ 2 ਮਹੀਨੇ। ਉਹਨਾਂ ਦਾ ਵੀ ਗੋਲਡ ਸੀਗਾ ਇੱਥੇ ਪਿਆ, ਅਤੇ ਉਹਨਾਂ ਦਾ ਆਪਣਾ ਪੁਰਾਣਾ ਗੋਲਡ ਵੀ ਸੀਗਾ, ਅਤੇ ਉਹ ਵੀ ਗੋਲਡ ਲੈ ਗਿਆ ਜੀ ਇੱਥੋਂ। ਸਰ ਮੰਗ ਮੈਂ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵੱਧ ਗਈਆਂ ਨੇ, ਇਹ ਸਾਡੇ ਇੱਥੇ ਚੋਰੀ ਹੋਈ ਆ, ਤਲਵਾੜੇ ਚੋਰੀ ਹੋਈ ਆ, ਬੱਲੇ ਹੋਈ ਆ, ਮਤਲਬ ਜਿਹੜੇ ਚੋਰ ਹੈਗੇ ਗਰੋਹ, ਇਹ ਮਤਲਬ ਇੱਦਾਂ ਖੁੱਲ੍ਹੇਆਮ ਸ਼ਰੇਆਮ ਘੁੰਮ ਰਿਹਾ, ਅਤੇ ਇਹਨਾਂ 'ਤੇ ਨੱਥ ਪਾਈ ਜਾਏ, ਅਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ, ਮਤਲਬ ਬਚ ਜੇ, ਅਤੇ ਲੋਕ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ, ਅਤੇ ਚੋਰ ਮਿੰਟਾਂ 'ਚ ਲੈ ਕੇ ਚਲੇ ਜਾਂਦੇ ਆ। ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਏ, ਇਹਨਾਂ ਨੂੰ ਫੜਿਆ ਜਾਏ, ਅਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਨੂੰ ਸਾਨੂੰ ਵਾਪਸ ਕੀਤਾ ਜਾਏ ਜੀ।